होर खबरां वेखण लई साडे चैनल नूं हुणे सबसक्राइब करो। साडे मान सारे लोकां ने जिहदे च इन्ना भरोसा जताया, हैरानीजनक गल तां इह कोई साडे लई तां नहीं सी क्योंकि असीं इसे इलाके दे विच रहिंदे आ। ਸਾਡੇ ਕੋਲੇ ਪਹਿਲਾਂ ਵੀ ਕਈ ਚੀਜ਼ਾਂ ਸ਼ਿਕਾਇਤਾਂ ਆਉਂਦੀਆਂ ਰਹੀਆਂ ਨੇ ਵੀ ਇੱਥੇ ਆਹ ਚੱਲੀ ਜਾਂਦਾ, ਇੱਥੇ ਉਹ ਚੱਲੀ ਜਾਂਦਾ। ਸੋ ਵਧੀਆ ਗੱਲ ਹੈ ਜੇ ਕੋਈ ਉਹਨਾਂ ਨੇ ਚੰਗਾ ਉਦਮ ਕੀਤਾ ਹੈਗਾ ਸੀਐਮ ਸਾਹਿਬ ਨੇ ਤਾਂ ਵਧੀਆ ਗੱਲ ਹੈ, ਪਰ ਇੱਕ ਪਾਸੇ ਇਹ ਵੀ ਹੁੰਦਾ ਹੈਗਾ ਵੀ ਇੰਨੇ ਲੋਕਾਂ ਦਾ ਭਰੋਸਾ, ਇੰਨੇ ਲੋਕਾਂ ਦਾ ਵਿਸ਼ਵਾਸ, ਇੰਨੇ ਲੋਕਾਂ ਦੀਆਂ ਵੋਟਾਂ, ਵੀ ਸਾਰਿਆਂ ਨੂੰ ਬੁਰਾ ਹੀ ਲੱਗ ਰਿਹਾ ਇਸ ਚੀਜ਼ ਦਾ। ਪਰ ਸਿੱਧੂ ਸਾਹਿਬ, ਲੋਕਾਂ ਨੇ ਮੈਂਡੇਟ ਬਹੁਤ ਦਿੱਤਾ ਸੀ, ਤੁਹਾਨੂੰ ਲੱਗਦਾ ਮੰਤਰੀ ਸਾਹਿਬ ਨੂੰ ਵੀ ਸੋਚਣਾ ਚਾਹੀਦਾ ਸੀ ਵੀ ਜੇਕਰ ਇਸ ਤਰੀਕੇ ਨਾਲ ਕੋਈ ਪਲੈਨਿੰਗ ਬਣਾ ਰਹੇ ਜਾਂ ਕੁਛ ਵੀ ਕਰ ਰਹੇ ਸੀ ਉਹ? ਨਹੀਂ ਬਾਈ ਜੀ, ਦੇਖੋ ਮੈਂ ਨਾ ਇਹ ਚੀਜ਼, ਇਹ ਕੋਈ ਇਹ ਅੱਜ ਦੀ ਗੱਲ ਨਹੀਂ, ਕਰਪਸ਼ਨ ਜਿਹੜੀ ਆਪਾਂ ਕਹਿ ਰਹੇ ਹਾਂ ਵੀ ਖਤਮ ਹੋ ਜੂਗੀ, ਇਹ ਖਤਮ ਹੋਈ ਗੱਲ ਹੈ ਨਾ ਵੀ ਮੈਂ ਇਲੈਕਸ਼ਨ ਡਿਊਰਿੰਗ ਵੀ ਜਦੋਂ ਮੇਰੀ ਕਿਤੇ ਨਾ ਕਿਤੇ ਸਪੀਚ ਹੁੰਦੀ ਸੀ, ਮੈਂ ਕਿਤੇ ਨਾ ਸਾਰਿਆਂ ਨਾਲ ਇਹ ਗੱਲ ਕਰਦਾ ਹੁੰਦਾ ਸੀ ਕਿ ਬਾਈ ਜੀ ਅਸੀਂ ਕਹਿੰਦੇ ਹਾਂ ਬਦਲਾਅ ਚਾਹੀਦਾ ਸਾਨੂੰ, ਬਦਲਾਅ ਕਿੱਥੋਂ ਸ਼ੁਰੂ ਹੋਊਗਾ? ਸਾਡੇ ਘਰ ਤੋਂ ਸ਼ੁਰੂ ਹੋਊਗਾ। ਜੇ ਅਸੀਂ ਚਾਹੁੰਦੇ ਹਾਂ ਕਿ ਸਾਰਾ ਕੁਝ ਸੁਧਾਰ ਹੋਵੇ, ਪਹਿਲਾਂ ਸਾਨੂੰ ਆਪਦੇ ਆਪ ਤੋਂ ਸਟਾਰਟ ਕਰਨਾ ਪਊ। ਅਤੇ ਮੈਂ ਜੇ ਤੁਸੀਂ ਸਪੀਚ ਮੇਰੀ ਸੁਣੋਗੇ ਤਾਂ ਮੈਂ ਇੱਕ ਗੱਲ ਉਹਨਾਂ ਨੂੰ ਕਹੀ ਸੀ ਕਿ ਝੰਡਿਆਂ ਡੰਡੀਆਂ ਪਿੱਛੇ ਨਾ ਜਾਓ, ਝੰਡੀਆਂ ਪਿੱਛੇ ਫਲਾਨੀ ਪਾਰਟੀ ਚੰਗੀ ਹੈ ਜੀ ਫਲਾਨੀ ਮਾੜੀ, ਅਸੀਂ ਬੰਦਿਆਂ ਪਿੱਛੇ ਜਾਈਏ, ਹੈ ਨਾ। ਹੁਣ ਪਾਰਟੀ ਤਾਂ ਅਸੀਂ ਲੋਕਾਂ ਦਾ ਜੋ ਚਲੋ ਯਾਨੀ ਕਿ ਸੱਦਾ, ਲੋਕ ਕਹਿੰਦੇ ਪਾਰਟੀ ਚੰਗੀ ਚੁਣੀ, ਪਰ ਇਨਸਾਨ ਨਿਕਲ ਰਹੇ ਨੇ ਨਾ ਉਹੋ ਜਿਹੇ, ਸਾਨੂੰ ਇਨਸਾਨਾਂ 'ਤੇ ਜ਼ਿਆਦਾ ਗੌਰ ਕਰਨੀ ਚਾਹੀਦੀ ਹੈ ਪਾਰਟੀਆਂ ਨਾਲੋਂ। ਕੀ ਹੋਇਆ, ਮੈਂ ਸਪੀਚਾਂ 'ਚ ਕਹਿਣਾ ਹੁੰਦਾ ਸੀ, ਮੈਂ ਕਿਹਾ ਵੀ ਜਿਹੜਾ ਬੰਦਾ ਘਰੋਂ ਠੀਕ ਹੁੰਦਾ ਨਾ, ਹੁਣ ਮੈਂ ਸੀ ਜਾਂ ਕੋਈ ਵੀ ਬੰਦਾ, ਜਿਹੜਾ ਬੰਦਾ ਵੀ ਯਾਨੀ ਕਿ ਉਹਨੇ ਜਿਹੜੀਆਂ ਚੀਜ਼ਾਂ ਦੇਖਿਆ, ਪੈਸਾ ਦੇਖਿਆ ਹੁੰਦਾ, ਹੈ ਨਾ, ਉਹ ਇਹੋ ਜਿਹੀ ਗਲਤੀ ਨਹੀਂ ਕਰਦਾ। ਪਹਿਲਾਂ ਜਿਹੜੇ ਬੰਦੇ ਦੇ ਇਲੈਕਸ਼ਨ 'ਚ ਪੈਸੇ ਲੱਗਦੇ ਆ, ਪਹਿਲਾਂ ਉਹ ਆਪਦੇ ਪੂਰੇ ਕਰਦਾ, ਫਿਰ ਉਹ ਅੱਗੇ ਵੱਧਦਾ, ਯਾਨੀ ਕਿ ਲੋਕਾਂ ਦੇ ਬਾਰੇ ਫਿਰ ਸੋਚੋ, ਪਹਿਲਾਂ ਅਗਲਾ ਕਹਿੰਦਾ ਵੀ ਮੈਂ ਆਪਦਾ ਘਾਟਾ ਪੂਰਾ ਕਰਾਂ। ਸੋ ਸਾਨੂੰ ਹਜੇ ਵੀ ਮੈਂ ਲੋਕਾਂ ਨੂੰ ਕਹਿੰਦਾ ਵੀ ਇਹ ਕੋਈ ਚੰਗੀ ਗੱਲ ਨਹੀਂ, ਜਾਂ ਆਪਾਂ ਹੱਸ ਰਹੇ ਹਾਂ ਕਿਸੇ 'ਤੇ ਵੀ ਹੱਸਣਾ ਮਾੜੀ ਗੱਲ ਹੈ, ਅਸੀਂ ਇਸ ਚੀਜ਼ ਦੇ ਹੱਕ 'ਚ ਨਹੀਂ, ਪਰ ਗੱਲ ਇਹ ਜ਼ਰੂਰ ਹੈ ਕਿਤੇ ਨਾ ਕਿਤੇ ਸਾਨੂੰ ਆਪਦੀ ਪੀੜ੍ਹੀ ਥੱਲੇ ਸੋਟਾ ਮਾਰਨ ਦੀ ਬਹੁਤ ਲੋੜ ਹੈ। ਸਾਨੂੰ ਬੰਦਿਆਂ ਦੇ ਬੈਕਗ੍ਰਾਉਂਡ, ਉਹਨਾਂ ਦੇ ਕਿਰਦਾਰ ਚੈੱਕ ਕਰਨੇ ਬਹੁਤ ਜ਼ਰੂਰੀ ਹੈ। ਸਿੱਧੂ ਸਾਹਿਬ ਪਰਸਨਲੀ ਮਿਲੇ ਹੋ, ਜਾਣਦੇ ਹੋ ਕਿਹੋ ਜਿਹੇ ਇਨਸਾਨ? ਜੀ ਜੀ ਮੈਂ ਜਾਣਦਾ, ਮੈਂ ਡਾਕਟਰ ਸਾਹਿਬ ਨੂੰ ਸਾਡੇ ਸ਼ਹਿਰ ਦੇ ਨੇ ਸ਼ਖਸੀਅਤ, ਪਹਿਲਾਂ ਤਾਂ ਜੀ ਮੈਂ ਕੁਛ ਐਡਾ ਖਾਸ ਜਾਣਦਾ ਨਹੀਂ ਸੀ। ਠੀਕ ਹੈ ਜੀ, ਸਾਡੀਆਂ ਨਿਗਾਹਾਂ 'ਚ ਤਾਂ ਸਾਰੇ ਚੰਗੇ ਹੀ ਨੇ, ਉਹਨਾਂ ਚਿਰ ਜਿੰਨਾ ਚਿਰ ਕੋਈ ਉਹਦੀ ਕੋਈ ਗਲਤ ਨਹੀਂ, ਉਹਦੀ ਦੇਖੋ ਕਮੀਆਂ ਸਾਰਿਆਂ 'ਚ ਹੁੰਦੀਆਂ ਜੀ, ਸਾਡੇ 'ਚ ਵੀ ਨੇ, ਪਰ ਜਾਣ ਬੁੱਝ ਕੇ ਕੁਛ ਇਹੋ ਜਿਹਾ ਗਲਤ ਕਰਿਆ ਗਿਆ ਉਹ ਮਾੜੀ ਗੱਲ ਹੈ। ਕੋਈ ਲੱਗਦਾ ਕਰਪਸ਼ਨ ਨੂੰ ਫਰਕ ਪਊਗਾ, ਕੋਈ ਐਗਜ਼ਾਮਪਲ ਸੈੱਟ ਹੋਊਗੀ? ਮੁੱਖ ਮੰਤਰੀ ਕਹਿੰਦੇ ਐਗਜ਼ਾਮਪਲ ਸੈੱਟ ਕੀਤੀ ਅਸੀਂ। ਦੇਖੋ ਸਾਡਾ ਕਿਸੇ ਵੀ ਕੋਈ ਵੀ ਇਨਸਾਨ ਹੈ, ਚਾਹੇ ਉਹ ਮੁੱਖ ਮੰਤਰੀ ਸਾਹਿਬ ਨੇ, ਕੋਈ ਵੀ ਬੰਦਾ ਹੈ, ਸਭ ਦਾ ਫਰਜ਼ ਹੈ ਕੰਮ ਕਰਨਾ। ਠੀਕ ਹੈ, ਹਾਂ ਕੋਈ ਚੰਗਾ, ਅਸੀਂ ਮੈਂ ਪਿਛਲੀ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਜੇ ਕੋਈ ਚੰਗਾ ਕੰਮ ਕਰਦਾ ਤਾਂ ਸਾਡੇ ਹੱਥ ਪਹਿਲੇ ਹੋਣਗੇ ਜੋ ਤਾੜੀ ਮਾਰਨਗੇ ਵੀ ਭਾਈ ਇਹ ਚੰਗਾ ਕੰਮ ਕੀਤਾ। ਸੋ ਠੀਕ ਹੈ ਜੀ, ਉਹਨਾਂ ਨੇ ਉਦਮ ਕੀਤਾ ਤਾਂ ਬਹੁਤ ਵਧੀਆ ਗੱਲ। ਵਾਲਾ ਕੰਮ ਕੀਤਾ ਨਹੀਂ, ਆਫਕੋਰਸ ਜੇ ਤੁਹਾਨੂੰ ਲੱਗਦਾ ਵੀ ਜੇ ਇਹ, ਬਾਕੀ ਤਾਂ ਦੇਖੋ ਮੁੱਖ ਮੰਤਰੀ ਸਾਹਿਬ ਨੂੰ ਜ਼ਿਆਦਾ ਪਤਾ ਹੋਣਾ ਇਸ ਚੀਜ਼ ਬਾਰੇ ਵੀ ਕੀ ਇਹ ਅਸਲ ਦੇ ਵਿੱਚ ਹੈ, ਕੀ ਆ ਕਰਪਸ਼ਨ, ਕਿਹੜੀ ਚੀਜ਼ ਆ। ਉਹ ਕਹਿੰਦੇ ਸਟਿੰਗ ਆਪਰੇਸ਼ਨ ਹੋਇਆ ਜਿੰਨੀ ਕੁ ਮੈਂ ਗੱਲਬਾਤ ਸੁਣੀ ਹੈ। ਸੋ ਜੇ ਕੁਛ ਚੰਗਾ ਕਹਿੰਦੇ ਤਾਂ ਅਸੀਂ ਚੰਗਾ ਹੀ ਕਹਾਂਗੇ, ਸਾਨੂੰ ਇਹ ਕੋਈ, ਅਸੀਂ ਇਹ ਯਾਨੀ ਕਿ ਆਪਦੇ ਆਪ ਦੇ ਵਿੱਚ ਅਸੀਂ ਇਹ ਕਹੀਏ ਜੀ ਅਸੀਂ ਕਾਂਗਰਸੀ, ਅਸੀਂ ਉਹਨਾਂ ਦੀ ਬੁਰਾਈ ਹੋਈ ਕਰਨੀ ਹੈ। ਜਿੱਥੇ ਕੋਈ ਚੰਗਾ ਕਰਦਾ ਤਾਂ ਵਧੀਆ ਗੱਲ, ਮੈਂ ਕਹਿੰਦਾ ਵੀ ਅੱਗੇ ਵੀ ਹਜੇ ਇਹ ਜੇ ਤੁਸੀਂ ਸਟਾਰਟ ਕੀਤਾ ਤਾਂ ਬਹੁਤ ਬੰਦੇ ਹਜੇ ਹੋਰ ਵੀ ਨੇ ਜਿਹੜੇ ਇੱਥੇ ਧਾਂਦਲੀਆਂ ਕਰ ਰਹੇ ਨੇ, ਇੱਥੇ ਟਰੱਕ ਯੂਨੀਅਨ ਉੱਤੇ ਰਫਲਾਂ ਲੈ ਕੇ ਕਬਜ਼ਾ ਕਰ ਰਹੇ ਨੇ, ਕਿਤੋਂ ਫਰੌਤੀ ਮੰਗੀਆਂ ਜਾ ਰਹੀਆਂ ਨੇ, ਸਭ ਕੁਛ ਇੱਥੇ ਗੰਦ ਪਿਆ ਹੋਇਆ, ਹੈ ਨਾ। ਜੇ ਤੁਸੀਂ ਬਹੁਤ ਨੇੜੇ, ਮੈਂ ਕਹਿੰਦਾ ਵੀ ਮੁੱਖ ਮੰਤਰੀ ਸਾਹਿਬ ਨੂੰ ਮੈਂ ਵੀ ਬੇਨਤੀ ਕਰਦਾ ਵੀ ਇੱਕ ਜੇ ਤੁਸੀਂ ਵੱਡਾ ਲੈਂਜ਼ ਲਾ ਕੇ ਇੱਕ ਚਸ਼ਮਾ ਲਾ ਕੇ ਜੇ ਬਹੁਤ ਕਰੀਬ ਤੋਂ ਦੇਖੋਗੇ ਤਾਂ ਇਹ ਉਹੀ ਲੋਕ ਨੇ ਜੋ ਕਬਜ਼ਿਆਂ ਵਾਲੇ, ਜੋ ਅਕਾਲੀਆਂ, ਕਾਂਗਰਸੀਆਂ, ਦੂਜੀਆਂ ਪਾਰਟੀਆਂ ਦੇ ਰਾਜਾਂ ਦੇ ਵਿੱਚ ਧਾਂਦਲੀ ਕਰਦੇ ਸੀ। ਪਾਰਟੀਆਂ ਜ਼ਰੂਰ ਚੇਂਜ ਹੋਈ ਗਈਆਂ, ਪਰ ਗੁੰਡੇ, ਬਦਮਾਸ਼ ਲੋਕ ਜਿਹੜੇ ਪਹਿਲਾਂ ਵੀ ਉਹ ਕੰਮ ਕਰਦੇ ਸੀ, ਹੁਣ ਉਹਨਾਂ ਨੇ ਦੂਜੀਆਂ ਪਾਰਟੀਆਂ ਨੇ ਜਿਹਦੀ ਸਰਕਾਰ ਉਹਦਾ ਸਹਾਰਾ ਲੈ ਲਿਆ। ਸੋ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਕਰੜੇ ਹੱਥੀਂ ਲੈਣ ਦੀ।